ਮੁਸਦਾ ਮੁਕੇਰੀਆਂ ਦੇ ਸਰਕਾਰੀ ਹਸਪੀਟਲ ਵਿਖੇ ਇਲਾਜ ਚੱਲ ਰਿਹਾ ਹੈ। ਵਿਸ਼ਾਲ ਜੀ ਕਿਸ ਤਰ੍ਹਾਂ ਹੋਇਆ ਸਾਰਾ ਹਾਦਸਾ? ਨਾਲੇ ਬੇਹੋਸ਼ ਹੋ ਗਿਆ, ਉਸ ਤੋਂ ਬਾਅਦ ਕੱਖ ਨਹੀਂ ਹੋਇਆ। ਮੇਰਾ ਬ੍ਰਦਰ ਦੂਜਾ ਉਹਦਾ ਦੋਸਤ ਦੋਨੇ ਆਉਂਦੇ ਪਏ ਸੀ ਮੋਟਰਸਾਈਕਲ ਲੈ ਕੇ ਆ ਰਿਹਾ ਸਕੂਲ ਲੱਗ ਗਏ, ਇਹਨਾਂ ਦਾ ਹੋਇਆ ਐਕਸੀਡੈਂਟ। ਮੈਂ ਸੀ ਗੱਡੀ 'ਤੇ ਸੀ, ਮੈਨੂੰ ਫੋਨ ਆਇਆ ਸੀ ਕਿ ਤੁਹਾਡੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਆ ਜਾਓ। ਪਰ ਮੈਂ ਆਇਆ, ਆ ਕੇ ਦੇਖਿਆ ਬ੍ਰਦਰ ਦੀ ਡੈਡ ਮੌਤ ਹੋ ਗਈ ਸੀ, ਅਤੇ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਸੱਦਿਆ, ਅੱਜ ਡੈਡ ਬੋਡੀ ਲੈ ਕੇ ਜਾ ਰਹੇ ਹਾਂ। ਅਤੇ ਕੋਈ 11:30 ਵਜੇ ਸਾਨੂੰ ਸੂਚਨਾ ਮਿਲੀ ਕਿ ਆਰੀਆ ਸਕੂਲ ਦੇ ਨੇ ਤਲਵਾਰਾ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਹੈ, ਜਿਸ 'ਤੇ ਅਸੀਂ ਪਹੁੰਚੇ ਅਤੇ ਜਿਹਦੇ ਵਿੱਚ ਇੱਕ ਵਿਜੇ ਕੁਮਾਰ ਜਿਹਦੀ ਮੌਕੇ 'ਤੇ ਮੌਤ ਹੋ ਗਈ, ਇੱਕ ਵਿਸ਼ਾਲ ਠਾਕਰ ਜਿਹੜਾ ਜ਼ਖਮੀ ਹਾਲਤ ਵਿੱਚ ਜੀ, ਜਿਹਨੂੰ ਅਸੀਂ ਐਂਬੂਲੈਂਸ 'ਚ ਪਾ ਕੇ ਸਿਵਲ ਹਸਪਤਾਲ ਮੁਕੇਰੀਆਂ ਦਾ ਰੱਖਿਆ, ਅਤੇ ਡੈੱਡ ਬੋਡੀ ਜਿਹਨੇ ਮੋਚਰੀ 'ਚ ਰੱਖੀ। ਜਿਹੜਾ ਵਿਜੇ ਕੁਮਾਰ ਅਤੇ ਵਿਸ਼ਾਲ ਇਹ ਆਸਪੁਰ ਬਟਾਲੀਆਂ ਦੇ ਲੜਕੇ ਦੋਨੇ, ਇਹ ਆਪਣਾ ਮਿਹਨਤ ਮਜ਼ਦੂਰੀ ਕਰਦੇ ਨੇ, ਜਿਹੜੇ ਕਿ ਆਪਣੇ ਨਿੱਜੀ ਕੰਮ ਵਾਸਤੇ ਮੁਕੇਰੀਆਂ। ਵਿਜੇ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਵਿਸ਼ਾਲ ਠਾਕਰ ਜਿਹੜਾ ਪਿੱਛੇ ਬੈਠਾ ਸੀ ਇਹਦੇ। ਇਹ ਜਿਹੜੇ ਆਰੀਆ ਸਕੂਲ ਦੇ ਲੱਗੇ ਜੀ, ਇਹਨਾਂ ਦਾ ਦੱਸਿਆ ਕਿ ਜਿਹੜਾ ਕੋਈ ਅਵਾਰਾ ਪਸ਼ੂ ਆਉਣ ਕਰਕੇ ਜਿਹਦੇ ਵਿੱਚ ਵੱਜ ਕੇ ਇਹਨਾਂ ਦੀ ਮੌਤ ਹੋ ਗਈ, ਇੱਕ ਦੀ ਮੌਤ ਹੋ ਗਈ ਅਤੇ ਕੋਈ ਜ਼ਖਮੀ ਹੋ ਗਿਆ। ਇਹਨਾਂ ਦੇ ਬਿਆਨਾਂ 'ਤੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਜਿਹੜੀ ਡੈੱਡ ਬੋਡੀ ਆ ਇਹਨਾਂ ਦੇ ਹਵਾਲੇ ਕੀਤੀ ਜਾਏਗੀ। ਕਾਰਵਾਈ 174 ਦੀ ਸੇਵਾ ਦੀ ਤਹਿਤ ਅਮਲ 'ਚ ਲਿਆਂਦੀ ਜਾ ਰਹੀ ਹੈ।